Harami! Put there, move your leg! You know who he looks like? Wait, Ali? It's a motorboat. Dance would be hoti. He looks like him! ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਦਾ ਮਜ਼ਾਕ ਉਡਾਉਂਦੀਆਂ ਖਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਨੇ ਜਿਸ ਦੇ ਚੱਲਦਿਆਂ ਇੱਕ ਤਾਜ਼ਾ ਵੀਡੀਓ ਆਸਟ੍ਰੇਲੀਆ ਤੋਂ ਸਾਹਮਣੇ ਆਈ ਹੈ ਦੱਸਿਆ ਜਾਂਦਾ ਹੈ ਕਿ ਬੱਸ ਦੇ ਵਿੱਚ ਸਫ਼ਰ ਕਰ ਰਹੇ ਸਨ ਦੋ ਸਿੱਖ ਨੌਜਵਾਨ ਜਿਨ੍ਹਾਂ ਦਾ ਇੱਕ ਗੋਰੇ ਦੇ ਵੱਲੋਂ ਮਜ਼ਾਕ ਉਡਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਗੋਰਾ ਅੰਗਰੇਜ਼ ਸਿੱਖ ਨੌਜਵਾਨਾਂ ਦੇ ਸਾਹਮਣੇ ਵਾਲੀ ਸੀਟ ਤੇ ਆ ਕੇ ਬੈਠ ਜਾਂਦਾ ਹੈ ਤੇ ਫਿਰ ਉਹਨਾਂ ਦਾ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਮਜ਼ਾਕ ਬਣਾਉਣ ਦੇ ਲਈ ਗੋਰਾ ਅੰਗਰੇਜ਼ ਸਿੱਖ ਨੌਜਵਾਨਾਂ ਨੂੰ ਇਹ ਕਹਿੰਦਾ ਹੋਇਆ ਵਿਖਾਈ ਦੇ ਰਿਹਾ ਹੈ ਕਿ ਤੁਸੀਂ ਜਾਣਦੇ ਹੋ ਤੁਸੀਂ ਕੌਣ ਹੋ ਤੇ ਫਿਰ ਕਹਿੰਦਾ ਹੈ ਕਿ ਤੁਸੀਂ ਤੁਣਕ ਤੁਣਕ ਤੁਣ ਤਾਰਾ ਰਾਹ ਵਾਲੇ ਸਿੱਖ ਹੋ ਇਸ ਤੋਂ ਬਾਅਦ ਗੋਰਾ ਅੰਗਰੇਜ਼ ਸਿੱਖ ਨੌਜਵਾਨਾਂ ਦਾ ਮਜ਼ਾਕ ਉਡਾਉਣ ਦੇ ਲਈ ਭੰਗੜੇ ਦੇ ਵੱਖ ਵੱਖ ਸਟੈਪ ਉਹਨਾਂ ਦੇ ਸਾਹਮਣੇ ਕਰਨੇ ਸ਼ੁਰੂ ਕਰ ਦਿੰਦਾ ਹੈ ਕਿਹਾ ਜਾਂਦਾ ਹੈ ਬੱਸ ਦੇ ਵਿੱਚ ਮੌਜੂਦ ਇੱਕ ਸ਼ਖਸ ਦੇ ਵੱਲੋਂ ਗੋਰੇ ਦੀਆਂ ਇਹਨਾਂ ਹਰਕਤਾਂ ਨੂੰ ਆਪਣੇ ਮੋਬਾਈਲ ਫੋਨ ਦੇ ਕੈਮਰੇ ਵਿੱਚ ਕੈਦ ਕਰ ਲਿਆ ਜਾਂਦਾ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ I'm saying sorry, I'm going to be doing this. I'm going to be doing this. I'm calling him, you know who I call him? Cartoon. Nah, you know who he looks like? Really? It's a motorboat. Dance would be gali hoti. He looks like him. But not the fat version, the skinny version. Hey, you know him, Maduri. You know Rika? Oh my god. You know how he does, hold this. You know, for a second. I'll show you. Hold it! I'm joking. Hey. I like it. Yes. I love you, man. Have you realized? I can ask you something. What's an excuse to make to my brother? Excuse me, mate. He's not gonna, I'm coming. I'm getting a presentation, brother. Please, please. You know me. I'm just a bit drunk today. I'll come out. Hold on. I am so sorry. I knew this was gonna happen. I'm sorry, but call up the boys. I didn't harm anyone. You didn't call up for me. I'm gonna. Hey, man. ਇਹਨਾਂ ਹੀ ਨਹੀਂ ਜਦ ਅੰਗਰੇਜ਼ ਸਿੱਖ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕਰਨ ਤੋਂ ਬਾਜ਼ ਨਹੀਂ ਆਉਂਦਾ ਤਾਂ ਇੱਕ ਸਿੱਖ ਨੌਜਵਾਨ ਆਪਣੀ ਸੂਝ ਬੂਝ ਵਿਖਾਉਂਦਿਆਂ ਹੋਇਆਂ ਤੁਰੰਤ ਮੌਕੇ ਤੇ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੰਦਾ ਹੈ ਤੇ ਪੁਲਿਸ ਵੀ ਮੌਕੇ ਤੇ ਹੀ ਪਹੁੰਚ ਜਾਂਦੀ ਹੈ ਜਾਣਕਾਰੀ ਮਿਲੀ ਹੈ ਕਿ ਪੁਲਿਸ ਦੇ ਆਉਣ ਤੋਂ ਬਾਅਦ ਗੋਰਾ ਅੰਗਰੇਜ਼ ਸਿੱਖ ਨੌਜਵਾਨਾਂ ਤੋਂ ਹੱਥ ਜੋੜ ਕੇ ਮਾਫੀਆ ਮੰਗਦਾ ਨਜ਼ਰ ਆਉਂਦਾ ਹੈ ਤੇ ਕਹਿੰਦਾ ਹੈ ਮੈਨੂੰ ਮਾਫ ਕਰ ਦਿਓ ਮੈਂ ਸ਼ਰਾਬੀ ਹਾਂ ਦੱਸਿਆ ਜਾਂਦਾ ਹੈ ਕਿ ਫਿਰ ਬੱਸ ਦੇ ਵਿੱਚੋਂ ਉਤਰਨ ਤੋਂ ਬਾਅਦ ਪੁਲਿਸ ਆ ਕੇ ਇਸ ਅੰਗਰੇਜ਼ ਨੂੰ ਆਪਣੇ ਨਾਲ ਹੀ ਲੈ ਜਾਂਦੀ ਹੈ ਬਿਊਰੋ ਰਿਪੋਰਟ ਚੜ੍ਹਦੀ ਕਲਾ ਟਾਈਮ ਟੀਵੀ